ਨਾਮਾਂ ਤੇ ਕੀ ਕਰਾਉਣ ਆਏ ਹੋ ਅੱਜ? ਮੈਂ ਗੁਰਪ੍ਰੀਤ ਸਿੰਘ, ਗੁਰਦੁਆਰਾ ਬੈਸਾ ਵਿਖੇ ਸੇਵਾ ਕਰੀ ਦੀ ਅਤੇ ਤੀਜਾ ਦਿਨ ਹੋ ਗਿਆ ਅੱਜ ਮੈਨੂੰ ਫਰਦ ਕੇਂਦਰ ਸਵੇਰ ਤੋਂ ਆਈ ਦਾ ਸ਼ਾਮ ਤੱਕ 2 ਵਜੇ ਤੱਕ 2 ਵਜੇ ਬਾਅਦ ਉਹ ਸਿਸਟਮ ਬੰਦ ਕਰ ਦਿੰਦੇ। ਕੱਲ੍ਹ 2 ਘੰਟੇ ਪੂਰੇ ਲਾਈਟ ਗਈ ਰਹੀ ਹੈ, ਉਸਦਾ ਕੋਈ ਜਵਾਬ ਨਹੀਂ। ਬਾਅਦ 'ਚੋਂ 10-12 ਜਣੇ ਅਸੀਂ ਤਹਿਸੀਲਦਾਰ ਸਾਹਿਬ ਕੋਲ ਗਏ ਹਾਂ, ਉਹਨਾਂ ਨੇ ਕਿਹਾ ਕਿ 3 ਵਜੇ ਤੱਕ ਸਿਸਟਮ ਚਲਾਵਾਂਗੇ, ਫਿਰ ਵੀ ਇਹਨਾਂ ਨੇ 3 ਵਜੇ ਤੱਕ ਨਹੀਂ ਚਲਾਇਆ, 1:50 'ਤੇ ਸਿਸਟਮ ਬੰਦ ਕਰ ਦਿੱਤਾ। ਬਹਾਨਾ ਕੀ ਲਗਾ ਰਹੇ, 3 ਦਿਨ ਹੋ ਗਏ ਤੁਹਾਨੂੰ? ਕੀ ਸਿਸਟਮ ਸਾਡਾ ਸਲੋ ਚੱਲ ਰਿਹਾ ਜਾਂ ਪਿੱਛੋਂ? ਕੱਲ੍ਹ 2 ਘੰਟੇ ਲਾਈਟ ਦੇ ਦਿੱਕਤ ਆ ਰਹੀ ਸੀ, ਲਾਈਟ ਬੰਦ ਰਹੀ, ਅਤੇ ਤਹਿਸੀਲਦਾਰ ਸਾਹਿਬ ਕਹਿੰਦੇ ਕਿ ਤੁਸੀਂ ਫੰਡ ਰਿਲੀਜ਼ ਕਰਾ ਕੇ ਅਤੇ ਜਨਰੇਟਰ ਦਾ ਪ੍ਰਬੰਧ ਕਰੋ, ਇਹ ਵੀ ਨਹੀਂ ਕਰ ਰਹੇ। ਅੱਛਾ, ਮੰਗ ਕੀ ਕਰਦੇ ਹੁਣ ਤੁਸੀਂ? ਅਸੀਂ ਕਹਿੰਦੇ ਕਿ ਜਲਦ ਤੋਂ ਜਲਦ ਸਾਡਾ ਸਮਾਂ ਬਚਾਇਆ ਜਾਵੇ ਅਤੇ ਜਲਦ ਤੋਂ ਜਲਦ ਸਾਡੇ ਫਰਦਾ ਕੇਂਦਰ ਕੱਢ। ਮਤਲਬ ਕਿ ਤੁਹਾਨੂੰ ਖੱਜਲ ਖੁਆਰ ਕੀਤਾ ਜਾਂਦਾ ਪਿਆ ਇੱਥੇ, ਹੈ ਨਾ? ਅੱਜ 3ਜਾ ਦਿਨ ਹੋ ਗਿਆ ਸਾਨੂੰ। ਕੀ ਨਾਮ ਆ, ਕਿੱਥੋਂ ਆਏ ਹੋ, ਕੀ ਕੰਮ ਕਰਾਉਣ ਆਏ ਇੱਥੋਂ? ਮੇਰਾ ਨਾਮ ਬਗੀਚਾ ਸਿੰਘ, ਪਿੰਡ ਮੇਰਾ ਸਰੂਪਵਾਲਾ ਜੀ। ਅੱਛਾ ਜੀ। ਫਰਦ ਕੇਂਦਰ 'ਤੇ ਕੱਲ੍ਹ ਵੀ ਆਏ ਸੀਗੇ ਜੀ, ਪਰਸੋਂ ਵੀ ਆਏ, ਅਤੇ ਇੱਕ ਤਾਂ ਇੱਥੇ ਕੰਪਿਊਟਰ ਦੀ ਘਾਟ ਆ ਜੀ, ਇੱਕ ਹੋਰ ਕੰਪਿਊਟਰ ਚੱਲਣਾ ਚਾਹੀਦਾ, ਦੂਸਰਾ ਇੱਥੇ ਜਗਨੇਟਰ ਦੀ ਘਾਟ ਆ ਜੀ, ਉਹ ਲਾਈਟ ਚੱਲ ਜਾਂਦੀ 2-2 ਘੰਟੇ ਕਈ ਵਾਰੀ ਕੱਟ ਲੱਗ ਜਾਂਦਾ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਫਰਦ ਲੈਣ ਦੀ, ਅਤੇ ਸਾਰੇ ਹੀ ਇੱਥੇ ਲਾਈਨਾਂ ਵਿੱਚ ਲੱਗੇ ਆ, ਕੁਝ ਲੇਡੀਜ਼ ਵੀ ਵਿਚਾਰੀਆਂ ਆਉਂਦੀਆਂ ਨੇ, ਉਹ ਵੀ ਆਪਣੇ ਲਾਈਨ ਚਲਾ ਕੇ ਫਰਦ ਲੈ ਕੇ ਜਾਂਦੀਆਂ ਨੇ। ਮੰਗ ਕੀ ਕਰਨੀ ਚਾਹੁੰਦੀ? ਮੰਗ ਆ ਇੱਕ ਇੱਥੇ ਕੰਪਿਊਟਰ ਆਪਰੇਟਰ ਹੋਰ ਚਾਹੀਦਾ ਜੀ, ਅਤੇ ਇੱਕ ਜਗਨੇਟਰ ਦੀ ਹੋਰ ਇੱਥੇ ਮੰਗ ਆ ਜੀ। ਕੋਈ ਕੱਲ੍ਹ ਇਹਨਾਂ ਫਰਦ ਕੱਢੀ ਜਾਂ ਨਹੀਂ? ਕੱਲ੍ਹ ਫਰਦਾਂ ਕੱਢੀਆਂ, ਪਰ ਲੇਕਿਨ ਲਾਈਟ ਚੱਲ ਗਈ ਕੁਛ ਟਾਈਮ ਬਾਅਦ ਵਿੱਚ, ਤਹਿਸੀਲਦਾਰ ਸਾਹਿਬ ਨੇ ਕਿਹਾ ਵੀ 1 ਘੰਟਾ ਬਾਅਦ ਲਗਾ ਦਿਓ ਤੁਸੀਂ, ਪਰ ਇਹਨਾਂ ਨੇ 2 ਵਜੇ ਬੰਦ ਕਰ ਦਿੱਤਾ, ਲੋਕ ਫਿਰ ਪਰੇਸ਼ਾਨ ਹੋ ਕੇ ਉਤਰਨ ਵਾਸਤੇ ਚਲੇ ਗਏ, ਔਰ ਫਿਰ ਸਵੇਰ ਤੋਂ 6:30 ਵਜੇ ਤੋਂ ਲੈ ਕੇ ਲੋਕ ਇੱਥੇ ਖੜ੍ਹੇ ਨੇ, ਅਤੇ ਹੁਣ ਵੀ ਲਾਈਨ ਕਾਫੀ ਲੰਬੀ ਲੱਗ ਗਈ ਹੈ ਜੀ। ਮੈਂ ਸਰਪੰਚ ਸੁਖਚੈਨ ਸਿੰਘ, ਪਿੰਡ ਗੁਰੂਪੁਰ ਤੋਂ। ਅੱਜ ਸਾਨੂੰ ਦੂਸਰਾ ਦਿਨ ਹੋ ਗਿਆ ਲਾਈਨ 'ਚ ਲੱਗਿਆ ਨੂੰ, ਕੱਲ੍ਹ ਲਾਈਟ ਚਲੇ ਗਈ ਔਰ ਪ੍ਰਸ਼ਾਸਨ ਕੋਲ ਜਨਰੇਟਰ ਦਾ ਪ੍ਰਬੰਧ ਵੀ ਹੈ ਨਹੀਂ ਇੱਥੇ, ਜਿਹਨਾਂ 'ਚੋਂ ਜਨਰੇਟਰ ਆ, ਤਹਿਸੀਲਦਾਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ 1 ਘੰਟਾ ਹੀ ਵੱਧ ਟਾਈਮ ਦੇਵਾਂਗੇ, ਪਰ 1:50 ਤੇ ਇਹਨਾਂ ਨੇ ਲਗਭਗ 2 ਵਜੇ ਇਹਨਾਂ ਨੇ ਸਿਸਟਮ ਬੰਦ ਕਰਤਾ, ਕਦੀ ਸਰਵਰ ਡਾਊਨ ਇਹਨਾਂ ਨੂੰ ਸਵੇਰ ਦਾ, ਫਿਰ ਥੋੜ੍ਹਾ ਚਿਰ 1 ਘੰਟਾ ਚੱਲਿਆ, ਬਾਅਦ ਫਿਰ ਸਰਵਰ ਡਾਊਨ ਇਹਨਾਂ। ਤੁਹਾਡੇ ਕਹਿਣ ਦੇ ਮੁਤਾਬਕ ਜਾਣ ਬੁੱਝ ਕੇ ਖਜਲਖੁਆਰੀ ਕੀਤੀ ਜਾ ਰਹੀ ਹੈ? ਇਹ ਤਾਂ ਹੁਣ ਮਹਿਕਮਾ ਜਾਨ ਖਰਾਬ ਕਰ ਰਿਹਾ, ਜਾਣ ਬੁੱਝ ਕੇ ਸਰਵਰ ਚਾਹੀਦਾ, ਕਨੈਕਸ਼ਨ ਲੈਣ ਇਹ, ਇਹਦਾ ਸਰਵਰ ਸਹੀ ਚੱਲਣ ਦਾ ਜਾਂ ਲੋਕਾਂ ਨੂੰ ਪਰੇਸ਼ਾਨੀ ਕਰ ਰਿਹਾ, ਕੋਈ ਭੁੱਖੇ ਭਾਣੇ ਸਵੇਰ ਦਾ, 7 ਵਜੇ ਦਾ, 6 ਵਜੇ ਦਾ ਲੈਣਾ ਵਿੱਚ ਲੱਗਾ ਹੋਇਆ, ਲੇਡੀਜ਼ ਵੀ ਆ ਕੇ ਲੈਣਾ 'ਚ ਲੱਗਦੀਆਂ, ਬਹੁਤ ਪਰੇਸ਼ਾਨੀ ਹੁੰਦੀ, ਖਾਸ ਕਰ ਸੁਲਤਾਨਪੁਰ ਲੋਧੀ ਸਿੱਧਾ ਸੈਂਟਰ 'ਤੇ ਪ੍ਰੋਬਲਮ ਆਉਂਦੀ। ਇੱਕ ਸਰ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਫਰਦ ਕਢਾਉਣ 'ਚ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਉਹ ਕਹਿ ਰਹੇ ਕਿ 3 ਤੋਂ 4 ਦਿਨ ਹੋ ਗਏ ਲੈਣਾ 'ਚ ਲੱਗਿਆ। ਇਸ ਬਾਰੇ ਕੱਲ੍ਹ ਹੀ ਪਤਾ ਲੱਗਿਆ, ਵਾਕਈ ਲੋਕਾਂ ਨੂੰ ਪ੍ਰੋਬਲਮ ਹੈ, ਅਤੇ ਇਹ ਥੋੜ੍ਹੀ ਜਿਹੀ ਕੰਮ ਦੀ ਬਹੁਤਾਤ ਹੈ, ਜਮ੍ਹਾਂਬੰਦੀਆਂ ਨਵੀਆਂ ਬੰਦੀਆਂ ਪਈਆਂ ਨੇ, ਇੱਕ ਨਕਲਾਂ ਜਿਹੜੀਆਂ ਉਹ ਪੰਜਾਬ ਲੈਵਲ ਦੀਆਂ ਇਸ਼ੂ ਹੁੰਦੀਆਂ ਨੇ, ਅਤੇ ਇੱਕ PM ਕਿਸਾਨ ਦੀਆਂ ਨਕਲਾਂ ਨੇ, ਜ਼ਿਆਦਾ ਕੰਮ ਦਾ ਹੀ ਬਹੁਤਾਤ ਕਰਕੇ 1-2 ਦਿਨਾਂ 'ਚ ਵਿੱਚ ਹੀ ਇਹ ਜਿਹੜਾ ਮਸਲਾ। ਲੋਕ ਕਹਿ ਰਹੇ ਕਿ ਸਰਵਰ ਦਾ ਬਹਾਨਾ ਲਗਾਇਆ ਜਾ ਰਿਹਾ, ਕਿ ਹਲਕੀ ਸਰਵਰ ਚੱਲ ਰਿਹਾ ਪਿੱਛੋਂ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਉਦੋਂ ਹੀ ਅਸੀਂ ਕਹਿੰਦੇ, ਕੋਈ ਬਹਾਨੇਬਾਜ਼ੀ ਵਾਲੀ ਗੱਲ ਕੋਈ। ਇੱਕ ਲੋਕ ਕਹਿ ਰਹੇ ਕਿ ਉੱਥੇ ਪੱਖੇ ਦਾ ਪ੍ਰਬੰਧ ਨਹੀਂ ਹੈ ਅਤੇ ਗਰਮੀ 'ਚ ਬੈਠੇ ਹੋਏ ਹਾਂ ਜੀ। ਉਹ ਵੀ ਚਾਲੂ ਕਰਾ ਦਿਆਂਗੇ 1-2 ਦਿਨ 'ਚ, 2 ਪੱਖਿਆਂ ਦੀ ਪ੍ਰੋਬਲਮ ਆਈ ਹੋਈ ਹੈ, ਉਹ 'ਚ ਠੀਕ ਕਰਾ ਦਿਆਂਗੇ। ਕੀ ਨਾਮ ਆ, ਕਿੱਥੋਂ ਆਏ ਹੋ, ਕੀ ਕੰਮ ਕਰਾਉਣਾ ਇੱਥੋਂ? ਮੇਰਾ ਨਾਮ ਬਗੀਚਾ ਸਿੰਘ, ਪਿੰਡ ਮੇਰਾ ਸਰੂਪਵਾਲਾ ਜੀ। ਅੱਛਾ ਜੀ। ਫਰਦ ਕੇਂਦਰ 'ਤੇ ਕੱਲ੍ਹ ਵੀ ਆਏ ਸੀਗੇ ਜੀ, ਪਰਸੋਂ ਵੀ ਆਏ, ਅਤੇ ਇੱਕ ਤਾਂ ਇੱਥੇ ਕੰਪਿਊਟਰ ਦੀ ਘਾਟ ਆ ਜੀ, ਇੱਕ ਹੋਰ ਕੰਪਿਊਟਰ ਚੱਲਣਾ ਚਾਹੀਦਾ, ਦੂਸਰਾ ਇੱਥੇ ਜਗਨੇਟਰ ਦੀ ਘਾਟ ਆ ਜੀ, ਉਹ ਲਾਈਟ ਚੱਲ ਜਾਂਦੀ 2-2 ਘੰਟੇ ਕਈ ਵਾਰੀ ਕੱਟ ਲੱਗ ਜਾਂਦਾ ਅਤੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਫਰਦ ਲੈਣ ਦੀ, ਅਤੇ ਸਾਰੇ ਹੀ ਇੱਥੇ ਲਾਈਨਾਂ ਵਿੱਚ ਲੱਗੇ ਆ, ਕੁਝ ਲੇਡੀਜ਼ ਵੀ ਵਿਚਾਰੀਆਂ ਆਉਂਦੀਆਂ ਨੇ, ਉਹ ਵੀ ਆਪਣੇ ਲਾਈਨ ਚਲਾ ਕੇ ਫਰਦ ਲੈ ਕੇ ਜਾਂਦੀਆਂ ਨੇ। ਮੰਗ ਕੀ ਕਰਨੀ ਚਾਹੁੰਦੀ? ਮੰਗ ਆ ਇੱਕ ਇੱਥੇ ਕੰਪਿਊਟਰ ਆਪਰੇਟਰ ਹੋਰ ਚਾਹੀਦਾ ਜੀ, ਅਤੇ 1 ਜਨਰੇਟਰ ਦੀ ਹੋਰ ਇੱਥੇ ਮੰਗ ਆ ਜੀ। ਕੋਈ ਕੱਲ੍ਹ ਇਹਨਾਂ ਫਰਦ ਕੱਢੀ ਜਾਂ ਨਹੀਂ? ਕੱਲ੍ਹ ਫਰਦਾਂ ਕੱਢੀਆਂ, ਪਰ ਲੇਕਿਨ ਲਾਈਟ ਚੱਲ ਗਈ ਕੁਛ ਟਾਈਮ ਬਾਅਦ ਵਿੱਚ, ਤਹਿਸੀਲਦਾਰ ਸਾਹਿਬ ਨੇ ਕਿਹਾ ਵੀ 1 ਘੰਟਾ ਬਾਅਦ ਲਗਾ ਦਿਓ ਤੁਸੀਂ, ਪਰ ਇਹਨਾਂ ਨੇ 2 ਵਜੇ ਬੰਦ ਕਰ ਦਿੱਤਾ, ਲੋਕ ਫਿਰ ਪਰੇਸ਼ਾਨ ਹੋ ਕੇ ਉਤਰਨ ਵਾਸਤੇ ਚਲੇ ਗਏ, ਔਰ ਫਿਰ ਸਵੇਰ ਤੋਂ 6:30 ਵਜੇ ਤੋਂ ਲੈ ਕੇ ਲੋਕ ਇੱਥੇ ਖੜ੍ਹੇ ਨੇ, ਅਤੇ ਹੁਣ ਵੀ ਲਾਈਨ ਕਾਫੀ ਲੰਬੀ ਲੱਗ ਗਈ ਹੈ ਜੀ।